ਮਹਿਲਾਵਾਂ ਦੇ ਗਰਭ ਵਿੱਚ ਲਿੰਗ ਜਾਂਚ ਤੇ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਬਾਵਜੂਦ ਸ਼ਹਿਰ ਵਿੱਚ ਚੱਲਦੇ ਅਲਟਰਾਸਾਊਂਡ ਸੈਂਟਰ ਵੱਲੋਂ ਕੀਤੀ ਜਾ ਰਹੀ ਲਿੰਗ ਜਾਂਚ ਦਾ ਮਾਮਲਾ ਸਾਹਮਣੇ ਆਇਆ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਦੌਰਾਨ ਅਲਟਰਾਸਾਊਂਡ ਸੈਂਟਰ ਵਿੱਚ ਲਿੰਗ ਜਾਂਚ ਕਰ ਰਹੇ ਵਿਅਕਤੀ ਸਮੇਤ ਇੱਕ ਦਲਾਲ ਨੂੰ ਰੰਗੇ ਹੱਥੀਂ ਕਾਬੂ ਕੀਤਾ ਅਤੇ ਸੈਂਟਰ ਨੂੰ ਮੌਕੇ ਤੇ ਹੀ ਸੀਲ ਕਰਕੇ ਕਥਿਤ ਦੋਸ਼ੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਸੈਂਟਰ ਚਲਾ ਰਹੇ ਵਿਅਕਤੀ ਨੇ ਸਿਹਤ ਵਿਭਾਗ ਦੁਆਰਾ ਭੇਜੀ ਗਈ ਕਰੰਸੀ ਦੇ ਨੋਟ ਵੀ ਫਾੜ ਦਿੱਤੇ। ਟੀਮ ਦੀ ਅਗਵਾਈ ਕਰ ਰਹੇ ਸਿਵਲ ਸਰਜਨ ਪਟਿਆਲਾ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਤੜਾਂ ਵਿੱਚ ਚੰਡੀਗੜ੍ਹ ਅਲਟਰਾਸਾਊਂਡ ਵਿੱਚ ਗਰਭ ਦੌਰਾਨ ਔਰਤਾਂ ਦੀ ਲਿੰਗ ਜਾਂਚ ਦਾ ਗੋਰਖ ਧੰਦਾ ਕੀਤਾ ਜਾ ਰਿਹਾ, ਜਿਸ ਤੇ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਸੀਨੀਅਰ ਮੈਡੀਕਲ ਅਫਸਰਾਂ ਤੇ ਆਧਾਰਿਤ ਟੀਮ ਦਾ ਗਠਨ ਕਰਕੇ ਛਾਪੇਮਾਰੀ ਦੌਰਾਨ ਲਿੰਗ ਜਾਂਚ ਕਰ ਰਹੇ ਵਿਅਕਤੀ ਨੂੰ ਮੌਕੇ ਤੇ ਫੜ ਲਿਆ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਮਾਮਲੇ ਦਾ ਪਰਦਾਫਾਸ਼ ਕਰਨ ਲਈ ਬੁਣੇ ਜਾਲ ਦੌਰਾਨ ਅਲਟਰਾਸਾਊਂਡ ਕਰਵਾਉਣ ਵਾਲੇ ਨੂੰ ਕੁਝ ਕਰੰਸੀ ਨੋਟ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਲਿੰਗ ਜਾਂਚ ਕਰਨ ਦੇ ਲਈ 26,000 ਰੁਪਏ ਵਿੱਚ ਸੌਦਾ ਤੈਅ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਦਿੱਤੇ ਗਏ ਕਰੰਸੀ ਨੋਟ ਕਥਿਤ ਦੋਸ਼ੀ ਕੋਲੋਂ ਮੌਕੇ ਤੇ ਹੀ ਬਰਾਮਦ ਕਰ ਲਏ ਗਏ। ਸਿਹਤ ਵਿਭਾਗ ਦੀ ਟੀਮ ਨੇ ਮਾਮਲੇ ਦਾ ਪਰਦਾਫਾਸ਼ ਕਰਨ ਬਾਅਦ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ਅੱਜ ਅਸੀਂ ਫੜਿਆ ਹੈਗਾ ਤੇ ਇਹਦੇ ਚ ਜਿਹੜੇ ਸਾਡੇ ਕੋਲ ਡਿਫਾਏ ਪੇਸ਼ੈਂਟ ਤੇ ਆ ਉਹਦੇ ਤੋਂ ਵੀ ਤੁਸੀਂ ਇੰਟਰਵਿਊ ਲੈ ਕੇ ਪੁੱਛ ਸਕਦੇ ਹੋ। ਉਹ ਆਪਣੇ ਆਪ ਤੁਹਾਨੂੰ ਸਾਰੀ ਦੱਸਣਗੇ ਡਿਟੇਲ, ਕਿਤੇ ਵੀ ਨਜ਼ਰ ਆਉਂਦਾ ਤਾਂ ਉਹ ਸਾਨੂੰ ਜ਼ਰੂਰ ਦੱਸਣ ਤਾਂ ਕਿ ਆਪਾਂ ਉਹਨੂੰ ਨੱਥ ਪਾ ਸਕੀਏ, ਸਮਾਜਿਕ ਬਿਮਾਰੀ ਨੂੰ ਆਪਣੇ ਸਮਾਜ ਚੋਂ ਖਤਮ ਕਰ ਸਕੀਏ। ਕਿੰਨੇ ਪੈਸੇ ਲਏ, ਕਿੰਨੇ ਪੈਸਿਆਂ ਸੌਦਾ ਕਰਿਆ? 26,000। ਕਿੰਨੇ? 26,000। 26,000 ਕਿਹਨੂੰ ਦੀਏ? ਕਿਹੜੇ ਡਾਕਟਰ ਨੂੰ? ਨਾ ਕੀ ਹੈ, ਨਾ ਤਾਂ ਕੀ ਨਾ ਹੈ? ਨਰਿੰਦਰ ਮੋਹਨ ਪਾਤੜਾ। ਠੀਕ। ਦੌਰਾਨ ਮੌਕੇ ਤੇ ਪਹੁੰਚੇ ਥਾਣਾ ਮੁਖੀ ਪਾਤੜਾ ਰਣਵੀਰ ਸਿੰਘ ਨੇ ਦੱਸਿਆ ਕਿ ਲਿੰਗ ਜਾਂਚ ਕਰਨ ਵਾਲੇ ਵਿਅਕਤੀ ਨਰਿੰਦਰ ਮੋਹਨ ਭੱਲਾ ਅਤੇ ਦਲਾਲ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਛਾਪਾਮਾਰੀ ਕੀਤੀ ਹੈ ਸਿਹਤ ਵਿਭਾਗ ਨੇ, ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਚੰਡੀਗੜ੍ਹ ਤੋਂ ਛਾਪਾਮਾਰੀ ਕੀਤੀ ਹੈ ਸੈਕਸ਼ਨ ਨੂੰ ਲੈ ਕੇ? ਹਾਂਜੀ, ਇਹਦੇ ਵਿੱਚ ਸਿਵਲ ਸਰਜਨ ਸਾਹਿਬ ਪਟਿਆਲਾ ਦੇ ਨਾਲ ਉਹਨਾਂ ਦੀ ਟੀਮ ਹੈਗੀ, SMO ਸਮਾਣਾ ਅਤੇ ਇੱਥੇ ਪਾਤੜਾ ਦੇ ਡਾਕਟਰ ਨੇ, ਇਹਨਾਂ ਨੇ ਇੱਕ ਸਾਂਝੇ ਤੌਰ 'ਤੇ ਵੱਡੀ ਰੇਡ ਕੀਤੀ ਇੱਥੇ ਚੰਡੀਗੜ੍ਹ ਅਲਟਰਾਸਾਊਂਡ ਸੈਂਟਰ ਪਾਤੜਾ ਦੇ, ਜਿੱਥੇ ਇਹ ਲਿੰਗ ਜਾਂਚ ਲੜਕਾ ਲੜਕੀ ਲਈ ਇਹਨਾਂ ਨੇ ਅਲਟਰਾਸਾਊਂਡ ਕਰਦੇ ਸੀ ਅਤੇ ਉਹਦੇ ਬਾਰੇ ਇਹ ਕਾਰਵਾਈ ਕਰ ਰਹੇ ਨੇ। ਸਾਰੀ ਜੋ ਸਾਨੂੰ ਲਿਖ ਕੇ ਦੇਣਗੇ ਅਸੀਂ ਉਸ ਮੁਤਾਬਕ ਬਰਾਮਦ ਕੀਤੇ ਨੇ। ਉਹ ਸਾਨੂੰ ਇਹ ਸਾਰੇ ਆਪਣੇ ਰਿਪੋਰਟ ਬਣਾ ਕੇ ਦੇਣਗੇ ਸਿਵਲ ਸਰਜਨ ਸਾਹਿਬ ਜਾਂ SMO ਸਾਹਿਬ ਤੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਹ ਇੱਕੋ ਰੇਡੀ ਫਿਲਹਾਲ ਇਹਨਾਂ ਨੇ ਆਈ ਸੀ ਇੱਥੇ ਕਰਾਉਣ ਲਈ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।